ਹਾਂਜੀ ਵੀਰੋ, ਕੀ ਹਾਲ ਨੇ ਜੀ? ਅੱਜ ਆਪਣੇ ਅਲਟੋ ਗੱਡੀ ਦੇ ਵਿੱਚ ਫਿੱਟ ਕੀਤੇ ਨੇ JBL ਦੇ 1300 ਵਾਟ ਬੂਫਰ, ਇੱਕ ਕੀਤਾ ਸੋਨੀ ਦਾ 1000 ਵਾਟ ਬੂਫਰ। ਇਹਦੇ ਉੱਪਰ ਐਂਪ ਲੱਗਿਆ, ਇੱਕ JBL ਦਾ ਐਂਪ ਲੱਗਿਆ ਇੱਧਰ, ਅਤੇ ਇੱਕ ਲੱਗਿਆ ਹਮਾਨ ਕੰਪਨੀ ਦਾ, ਅਤੇ ਤੁਹਾਨੂੰ ਚਲਾ ਕੇ ਦਿਖਾਵਾਂਗੇ। ਆਵਾਜ਼ ਦੀ ਕੁਆਲਿਟੀ ਦੱਸਿਓ। ਹਾਂਜੀ ਵੀਰੋ, ਕੁਆਲਿਟੀ ਚੈੱਕ ਕਰੋ ਬੇਸ ਦੀ। ਹਾਂਜੀ ਵੀਰੋ, ਆਪਾਂ ਪ੍ਰਾਈਸਿੰਗ ਦੀ ਗੱਲ ਕਰੀਏ ਤਾਂ ਆਹ ਬੂਫਰ ਪੈਂਦਾ 4000 ਦਾ, ਇਹ ਪੈਂਦਾ 3000 ਦਾ, ਅਤੇ ਪੇਟੀਆਂ ਦੋਨਾਂ ਦੀਆਂ ਸੇਮ ਹੀ ਨੇ, ਆਲਮੋਸਟ 1500-1500 ਦੀ ਪੇਟੀ ਪੈਂਦੀ ਹੈ। ਅਤੇ ਉਸ ਤੋਂ ਬਾਅਦ ਇੱਕ ਐਂਪਲੀਫਾਇਰ ਲੱਗਿਆ ਹੋਇਆ JBL ਦਾ ਓਰਿਜਨਲ, ਜੋ ਕਿ ਚਲਾ ਰਿਹਾ ਆਪਣੇ JBL ਦੇ ਸਬ ਬੂਫਰ ਨੂੰ, ਅਤੇ ਜੋ ਕਿ ਆਉਂਦਾ 6000 ਦੇ ਵਿੱਚ। ਅਤੇ ਜਿਹੜਾ ਆਹ ਆਪਣਾ ਐਂਪ ਲੱਗਿਆ ਹੋਇਆ, ਇਹ ਆਪਣਾ ਥੋੜ੍ਹਾ ਜਿਹਾ ਲੋਅ ਕੁਆਲਿਟੀ ਦੇ ਵਿੱਚ ਹੈ, ਅਤੇ ਇਹ ਪੈਂਦਾ ਆਪਾਂ ਨੂੰ 2500 ਰੁਪਏ ਦਾ ਐਂਪ। ਤਾਂ ਇਹ ਦੋਨੋਂ ਹੀ ਐਂਪ ਥੋੜ੍ਹੇ ਵਧੀਆ ਨੇ, ਕੋਈ ਚੱਕਰ ਨਹੀਂ। ਅਤੇ ਇਸ ਦੇ ਉੱਪਰ ਜੋ ਹੈੱਡ ਯੂਨਿਟ ਲੱਗਿਆ ਹੋਇਆ, ਉਹ ਲੱਗਿਆ ਹੋਇਆ ਆਪਣਾ ਕੈਨਵਰਡ ਦਾ, ਕੈਨਵਰਡ ਦਾ ਟੱਚ ਪਲੇਅਰ ਲੱਗਿਆ ਹੋਇਆ ਕੁਆਲਿਟੀ ਵਾਲਾ। ਹੋਰ ਡਿਟੇਲ ਦੇ ਵਿੱਚ ਅਗਰ ਗੱਡੀ ਦਾ ਰਿਵਿਊ ਚਾਹੀਦਾ ਜਾਂ ਹੋਰ ਵੀਡੀਓ ਇੱਦਾਂ ਦੀਆਂ ਦੇਖਣੀਆਂ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਸ਼ੇਅਰ ਕਰੋ। ਥੈਂਕ ਯੂ।